ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਪਰਮ ਸਤਿਕਾਰ ਜੋ ਸਾਧ ਸਿੰਘ ਜੀਓ ਦਾਸ, ਅੱਜ ਆਪ ਸਭ ਦੇ ਚਰਨਾਂ ਦੇ ਵਿੱਚ ਸ਼ਰਧਾ ਗੁਰੂ ਘਰ ਦੇ ਵਿੱਚ ਕੀ ਆ, ਇਹਦਾ ਮਹੱਤਵ ਕੀ ਆ, ਇਹਦੀ ਮਹਿਮਾ ਕੀ ਹੈ, ਇਹਦੇ ਬਾਰੇ ਆਪ ਸਾਰੀਆਂ ਸੰਗਤਾਂ ਦੇ ਸਨਮੁੱਖ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ। ਸੋ ਸ਼ਰਧਾ ਜੋ ਆ ਨਾ ਗੁਰੂ ਘਰ ਦੇ ਵਿੱਚ, ਸ਼ਰਧਾ ਉਹਦੇ ਅੰਦਰ ਹੁੰਦੀ ਆ ਜਿਹਦੇ ਅੰਦਰ ਗੁਰੂ ਘਰ ਦੇ ਪ੍ਰਤੀ ਕੋਈ ਸੋਚ ਨਹੀਂ ਹੁੰਦੀ, ਕੋਈ ਸ਼ੰਕਾ ਨਹੀਂ ਹੁੰਦਾ, ਕੋਈ ਬਲਬਲਾ ਨਹੀਂ ਹੁੰਦਾ। ਕਿਉਂ? ਕਿਉਂਕਿ ਗੁਰੂ ਮੇਰਾ ਪੂਰਾ, ਗੁਰੂ ਮੇਰਾ ਸਮਰੱਥ ਹੈ, ਗੁਰੂ ਮੇਰਾ ਪਰਮੇਸ਼ਰ ਹੈ, ਗੁਰੂ ਸਭ ਕੁਛ ਹੈ। ਇਸ ਕਰਕੇ ਸ਼ੰਕਾ ਨਾਲ ਦੀ ਕੋਈ ਦੂਸਰੀ ਚੀਜ਼ ਨਹੀਂ, ਅਤੇ ਨਾਲ ਹੀ ਜਿਹੜੇ ਗੁਰੂ ਦੇ ਪਿਆਰੇ ਗੁਰੂ ਦੇ ਨਾਲ ਜੁੜੇ ਆ ਉਹ ਵੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਰਮੇਸ਼ਰ ਹੁੰਦਾ ਹੈ। ਭਾਵ ਕੀ ਹੈ? ਜੋ ਪਰਮੇਸ਼ਰ ਦੇ ਗੁਣ ਹਨ ਉਹੀ ਉਹਦੇ ਪਿਆਰਿਆਂ ਵਿੱਚ ਹੁੰਦੇ ਹਨ। ਇਸੇ ਕਰਕੇ ਗੁਰਬਾਣੀ ਦੇ ਵਿੱਚ ਸਰਗੁਣ ਅਤੇ ਨਿਰੰਕਾਰ ਦੀ ਮਹਿਮਾ ਦਾ ਬੜਾ ਜ਼ਿਕਰ ਹੈ, ਪਰ ਤੀਸਰਾ ਜੋ ਗੁਰੂ ਸ਼ਬਦ ਹੈ, ਜੋ ਵਿਚੋਲਾ ਹੈ, ਜੋ ਸਾਨੂੰ ਦੋਹਾਂ ਦੇ ਨਾਲ ਜੋੜਦਾ ਹੈ, ਇਹਦੀ ਮਹਿਮਾ ਵੀ ਅਗੰਮ ਅਪਾਰ ਹੈ। ਭਾਵ ਕੀ ਹੈ? ਸ਼ਰਧਾ ਇੱਕ ਐਸੀ ਵੱਡੀ ਤਪੱਸਿਆ ਹੈ ਜਿਹਦੇ ਘਰ ਦੇ ਵਿੱਚ ਸ਼ਰਧਾ, ਹਿਰਦੇ ਦੇ ਵਿੱਚ ਸ਼ਰਧਾ ਹੈਗਾ, ਸਮਝ ਲਓ ਉਹਦੇ ਵਿਹੜੇ ਪਾਰ ਹੋ ਜਾਂਦੇ ਆ। ਇਹਨੂੰ ਕਹਿੰਦੇ ਸਿਦਕ ਦੇ ਵਿਹੜੇ। ਚਾਹੇ ਕੋਈ ਕਿਸੇ ਵੀ ਧਰਮ ਦਾ ਹੋਵੇ, ਪੜ੍ਹਿਆ ਹੋਵੇ ਜਾਂ ਅਨਪੜ੍ਹ ਹੋਵੇ, ਅਗਰ ਸ਼ਰਧਾ ਭਾਵਨਾ ਸਤਿਕਾਰ ਅਤੇ ਅਦਬ ਬਾਣੀ ਦਾ ਹੈ, ਅਤੇ ਗੁਰਬਾਣੀ ਉਹਦੇ ਸਾਰੇ ਹੀ ਅਸੰਭਵ ਕੰਮ ਜਿਹੜੇ ਹੈ ਨਾ ਉਹ ਸਵਾਰ ਦਿੰਦੀ ਹੈ। ਜਿਵੇਂ ਧੰਨੇ ਭਗਤ ਜੀ ਦੇ ਅੰਦਰ ਸ਼ਰਧਾ ਸੀ, ਨਾਮਦੇਵ ਜੀ ਦੇ ਅੰਦਰ ਸ਼ਰਧਾ ਸੀ, ਬੈਣੀ ਜੀ ਅੰਦਰ ਸ਼ਰਧਾ ਸੀਗੀ, ਭਾਵ ਕਿ ਜਿੰਨੇ ਭਗਤਾਂ ਦੇ ਅੰਦਰ ਸ਼ਰਧਾ ਸੀ ਉਹਨਾਂ ਦੇ ਸਾਰੇ ਹੀ ਕੰਮ ਪਰਮੇਸ਼ਰ ਨੇ ਸਹਿਜ ਦੇ ਵਿੱਚ ਹੀ ਸਵਾਰ ਦਿੱਤੇ ਆ। ਉੱਥੇ ਵੱਡੇ ਵੱਡੇ ਗਿਆਨੀ, ਵੱਡੇ ਵੱਡੇ ਜੋ ਵਿਦਵਾਨ ਪੁਰਖ ਹੈਗੇ ਆ, ਇੱਥੇ ਫੇਲ ਹੋ ਜਾਂਦੇ ਆ। ਕਿਉਂ? ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੀ ਉਲਝ ਜਾਂਦੇ ਆ। ਪਰ ਜਿਨ੍ਹਾਂ ਦੇ ਅੰਦਰ ਸ਼ਰਧਾ, ਉਹਨਾਂ ਦੇ ਅੰਦਰ ਕੋਈ ਸਵਾਲ ਨਹੀਂ, ਕੋਈ ਵਿਤਕਰਾ ਨਹੀਂ, ਕੋਈ ਕੁਛ ਨਹੀਂ, ਬਸ ਉਹ ਸ਼ਰਧਾ ਦੇ ਨਾਲ ਐਸੇ ਜੁੜੇ ਹੁੰਦੇ ਆ ਕਿ ਵਾਹਿਗੁਰੂ ਨੂੰ ਇਹ ਸ਼ਰਧਾ ਬੜੀ ਹੀ ਪਿਆਰੀ ਲੱਗਦੀ ਹੈ। ਕਿਉਂ? ਸ਼ਰਧਾ ਜਿਹੜੀ ਆ ਅਨੁਭੋਲ ਤੋਂ ਵਿੱਚੋਂ ਨਿਕਲਦੀ ਹੈ। ਜਿਹੜਾ ਪੁਰਾਣੀ ਅਨੁਭੋਲ ਹੁੰਦਾ ਹੈ, ਜਿਹਦੇ ਅੰਦਰ ਦੀਨ ਦੁਨੀਆ ਦੀ ਕੋਈ ਚੁਸਤ ਲਾਕੀ ਨਹੀਂ ਹੁੰਦੀ, ਬਸ ਇਹ ਸ਼ਕਤੀ ਜਿਹੜੀ ਹੈ ਉਸੇ ਪ੍ਰਾਣੀ ਦੇ ਉੱਤੇ ਰੀਝਦੀ ਆ ਅਤੇ ਉਹਨੂੰ ਆਪਣਾ ਬਣਾ ਲੈਂਦੀ ਆ। ਇਸੇ ਤਰ੍ਹਾਂ ਦੀ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਦੇ ਸਾਹਮਣੇ ਜਿਹੜਾ ਹੈਗਾ ਉਹ ਰੱਖ ਰਿਹਾ ਹੈ। ਵਿਚਾਰ ਇਸ ਤਰ੍ਹਾਂ ਹੈ ਕਿ ਪਾਕਿਸਤਾਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਜਨਮ ਸਥਾਨ ਹੈ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਇਸ ਦੇ ਬਿਲਕੁਲ ਨਜ਼ਦੀਕ ਇੱਕ ਮੁਸਲਮਾਨ ਪਰਿਵਾਰ ਰਹਿੰਦਾ ਸੀਗਾ। ਇਸ ਪਰਿਵਾਰ ਦੇ ਵਿੱਚ ਇੱਕ ਬੱਚੀ ਸੀਗੀ ਜੋ ਕਾਫੀ ਸਮੇਂ ਤੋਂ ਬਿਮਾਰ ਰਹਿੰਦੀ ਸੀ। ਜਦੋਂ ਇਹ ਬੱਚੀ ਬਿਮਾਰ ਰਹਿੰਦੀ ਸੀਗੀ ਤਾਂ ਇਸ ਪਰਿਵਾਰ ਨੇ ਕਾਫੀ ਡਾਕਟਰਾਂ, ਵੇਦਾਂ ਅਤੇ ਹਕੀਮਾਂ ਨੂੰ ਇਸ ਬੱਚੀ ਤੋਂ ਬਹੁਤ ਸਾਰੀਆਂ ਦਵਾਈਆਂ ਅਤੇ ਔਸ਼ਧੀਆਂ ਖਿਲਾਈਆਂ, ਪਰ ਇਸ ਬੱਚੀ ਦਾ ਰੋਗ ਠੀਕ ਨਹੀਂ ਹੋਇਆ। ਸਮਾਂ ਆਏ ਅਤੇ ਇਹ ਰੋਗ ਵੱਧਦਾ ਵੱਧਦਾ ਐਸੇ ਸਟੇਜ 'ਤੇ ਚਲੇ ਗਿਆ ਕਿ ਅਖੀਰ ਸਾਰਿਆਂ ਵੇਦਾਂ ਡਾਕਟਰਾਂ ਨੇ ਇਸ ਬੱਚੀ ਨੂੰ ਜਵਾਬ ਦੇ ਦਿੱਤਾ ਔਰ ਇਹ ਕਹਿ ਦਿੱਤਾ ਕਿ ਇਸ ਬੱਚੀ ਦਾ ਜੋ ਰੋਗ ਆ ਹੁਣ ਸਾਡੇ ਹੱਥ ਵਿੱਚ ਨਹੀਂ ਹੈ, ਬਸ ਤੁਸੀਂ ਇਹਦੀ ਸੇਵਾ ਪਾਣੀ ਕਰੋ ਕਿਉਂਕਿ ਬੱਚੀ ਕੁਛ ਹੀ ਦਿਨਾਂ ਦੀ ਮਹਿਮਾਨ ਹੈ। ਜਦੋਂ ਘਰਦਿਆਂ ਨੂੰ ਡਾਕਟਰ ਨੇ ਇਹ ਸਾਰੀ ਗੱਲ ਦੱਸ ਦਿੱਤੀ ਤਾਂ ਫਿਰ ਘਰ ਦੇ ਮਨ ਹੀ ਮਨ ਬੜੇ ਨਿਰਾਸ਼ ਹੋ ਗਏ ਕਿਉਂਕਿ ਉਹ ਬੱਚੀ ਇੱਕੋ ਇੱਕ ਸੀਗੀ ਸਾਰੇ ਪਰਿਵਾਰ ਦੇ ਵਿੱਚ, ਔਰ ਸਾਰਾ ਹੀ ਪਰਿਵਾਰ ਉਸ ਬੱਚੇ ਨੂੰ ਬੜਾ ਹੀ ਪਿਆਰ ਕਰਦਾ ਸੀਗਾ। ਜਦੋਂ ਉਸ ਬੱਚੀ ਨੂੰ ਵੀ ਇਹ ਪਤਾ ਲੱਗ ਗਿਆ ਕਿ ਡਾਕਟਰਾਂ ਨੇ ਮੇਰੀ ਸਾਰੀ ਬਿਮਾਰੀ ਜਿਹੜੀ ਆ ਲਾ ਇਲਾਜ ਕਰ ਦਿੱਤੀ ਹੈ ਅਤੇ ਮੈਂ ਹੁਣ ਬਿਲਕੁਲ ਹੀ ਮੌਤ ਦੇ ਦਰਵਾਜ਼ੇ ਦੇ ਅੱਗੇ ਪਹੁੰਚ ਗਈ ਹਾਂ, ਉਸ ਬੱਚੇ ਦੇ ਮਨ ਦੇ ਵਿੱਚ ਇੱਕ ਫੁਰਨਾ ਪੈਦਾ ਹੋਇਆ। ਉਹ ਫੁਰਨਾ ਇਹ ਸੀਗਾ, ਉਹ ਬੱਚੀ ਛੋਟੀ ਹੁੰਦੀ ਦੇਖਦੀ ਸੀ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਗੁਰਦੁਆਰਾ ਨਨਕਾਣਾ ਸਾਹਿਬ ਆਉਂਦੀਆਂ, ਆ ਕੇ ਮੱਥੇ ਟੇਕਦੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੀਆਂ ਤਾਂ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ। ਅਤੇ ਜੇ ਮੈਂ ਵੀ ਗੁਰੂ ਨਾਨਕ ਦੇ ਘਰ ਦਾ ਸਹਾਰਾ ਲਵਾਂ, ਸ਼ਾਇਦ ਹੋ ਸਕਦਾ ਕਿ ਮੈਂ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਿਲਕੁਲ ਅਰੋਗ ਹੋ ਜਾਵਾਂ।
ਜਦੋਂ ਇਹ ਬੱਚੀ ਦੇ ਮਨ ਵਿੱਚ ਇਹ ਫੁਰਨਾ ਜਾਗਿਆ ਤਾਂ ਉਸਨੇ ਫਿਰ ਆਪਣੇ ਘਰਦਿਆਂ ਨੂੰ ਇਹ ਗੱਲ ਆਖ ਦਿੱਤੀ ਕਿ ਸਾਰੀਆਂ ਸੰਗਤਾਂ ਗੁਰੂ ਨਾਨਕ ਦੇ ਸਾਹਿਬ ਦੇ ਘਰ ਦੇ ਵਿੱਚ ਜਾਂਦੀਆਂ ਕਿਸੇ ਆਸ ਨੂੰ ਦੀ ਚਿਣਕ ਨੂੰ ਲੈ ਕੇ, ਤਾਂ ਉਹ ਸਾਰੀਆਂ ਹੀ ਆਪਣੀਆਂ ਝੋਲੀਆਂ ਭਰ ਕੇ ਜਾਂਦੀਆਂ ਹਨ। ਮੈਂ ਕੋਈ ਐਸਾ ਨਹੀਂ ਦੇਖਿਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਅਲਾਂਬਾ ਲੈ ਕੇ ਜਾਂਦਾ ਹੋਵੇ। ਕੋਈ ਮੰਗਣ ਜਾਂਦਾ ਹੈ ਤਾਂ ਕੋਈ ਵਾਹਿਗੁਰੂ ਦਾ ਸ਼ੁਕਰੀਆ ਕਰਨ ਜਾਂਦਾ ਹੈ। ਸੋ ਮੇਰੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਅਗਰ ਆਪਾਂ ਵੀ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਸਾਹਿਬ ਕਰਾ ਲਈਏ ਤਾਂ ਮੇਰੇ ਅੰਦਰ ਇਹ ਵਿਸ਼ਵਾਸ, ਇਹ ਸ਼ਰਧਾ ਬਣਦੀ ਆ ਕਿ ਅਖੰਡ ਪਾਠ ਸਾਹਿਬ ਦੀ ਬਾਣੀ ਸੁਣਨ ਦੇ ਨਾਲ ਮੇਰਾ ਵੀ ਰੋਗ ਬਿਲਕੁਲ ਜਿਹੜਾ ਖਤਮ ਹੋ ਜਾਊਗਾ। ਪਰ ਜਦੋਂ ਬੱਚੀ ਨੇ ਇਹ ਵਿਚਾਰ ਆਪਣੇ ਘਰਦਿਆਂ ਦੇ ਸਾਹਮਣੇ ਰੱਖੇ ਅਤੇ ਘਰਦੇ ਜੋ ਆਪਣੀ ਬੱਚੀ ਨੂੰ ਬੜਾ ਹੀ ਲਾਡ ਪਿਆਰ ਕਰਦੇ ਸੀ, ਉਹਦੇ ਵਿਚਾਰ ਸੁਣ ਕੇ ਅੰਦਰੋਂ ਤਾਂ ਬੜੇ ਪ੍ਰਸੰਨ ਹੋਏ ਕਿ ਉਹ, ਪਰ ਮੁਸਲਮਾਨ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਇਹ ਚੀਜ਼ ਇਜਾਜ਼ਤ ਨਹੀਂ ਸੀ ਦਿੰਦੀ ਕੋਈ ਕੋਈ ਮੁਸਲਮਾਨ ਆਪਣੇ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਕਰਾਵੇ ਅਤੇ ਆਪਣੀ ਮਨੌਤ ਜਿਹੜੀ ਹੈ ਉਹ ਵਿਸ਼ਵਾਸ ਦੇ ਵਿੱਚ, ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਪੂਰੀ ਹੋਣ ਦੇ ਵਿੱਚ, ਸ਼ਰਧਾ ਭਾਵਨਾ ਦੇ ਵਿੱਚ ਦੇਖੇ। ਪਰ ਉਸ ਪਰਿਵਾਰ ਨੇ ਆਖਿਆ ਕਿ ਬੱਚੀ ਗੱਲ ਤਾਂ ਤੇਰੀ ਠੀਕ ਹੈ ਕਿ ਬਹੁਤ ਸੰਗਤਾਂ ਜਾਂਦੀਆਂ, ਗੁਰੂ ਘਰ ਦੇ ਵਿੱਚ ਬਹੁਤ ਮੁਸਲਮਾਨ ਭਰਾ ਵੀ ਸਾਡੇ ਜਾਂਦੇ ਆ, ਆਪਣੀਆਂ ਕਾਮਨਾ ਪੂਰੀਆਂ ਕਰਦੇ ਆ, ਪਰ ਘਰ ਦੇ ਵਿੱਚ ਮੁਸਲਮਾਨ ਪਰਿਵਾਰ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਕਰਾਉਣਾ ਇਹ ਥੋੜ੍ਹਾ ਜਿਹਾ ਮੁਸ਼ਕਲ ਜਾਪਦਾ ਹੈ। ਕਿਉਂਕਿ ਅਸੀਂ ਮੁਸਲਮਾਨ ਲੋਕ ਹਾਂ, ਅਗਰ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾ ਕੇ ਅਖੰਡ ਪਾਠ ਕਰਾਵਾਂਗੇ ਤਾਂ ਫਿਰ ਨਾਲ ਦੇ ਜੋ ਸਾਡੇ ਰਿਸ਼ਤੇਦਾਰ ਜਾਂ ਦੂਸਰੇ ਸੱਜਣ ਹਨ ਉਹਨਾਂ ਦੇ ਮਨ ਦੇ ਵਿੱਚ ਕੀ ਬੀਤੇਗੀ, ਉਹ ਸਾਡੇ ਬਾਰੇ ਕੀ ਸੋਚਣਗੇ। ਬਸ ਉਹ ਲੜਕੀ ਨੇ ਕਿਹਾ ਹੈ ਕਿ ਸੋਚਣ ਨੂੰ ਤਾਂ ਉਹ ਜੋ ਮਰਜ਼ੀ ਸੋਚ ਲੈਣ, ਪਰ ਮੈਨੂੰ ਇੰਨਾ ਪਤਾ ਹੈ ਕਿ ਉਹ ਕਦੀ ਵੀ ਸਾਡੇ ਬਾਰੇ ਮਾੜਾ ਨਹੀਂ ਸੋਚਣਗੇ। ਪਰ ਮੈਨੂੰ ਵੀ ਪਤਾ ਲੱਗ ਗਿਆ ਹੈ ਕਿ ਡਾਕਟਰਾਂ ਨੇ ਮੇਰੀ ਬਿਮਾਰੀ ਲਾ ਇਲਾਜ ਦੱਸ ਦਿੱਤੀ ਹੈ ਅਤੇ ਮੇਰੇ ਮਨ ਦੇ ਵਿੱਚ ਵੀ ਇਹ ਫੁਰਨਾ ਪੈਦਾ ਹੋਇਆ ਕਿ ਅਸੀਂ ਵੀ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਘਰ ਦੇ ਵਿੱਚ ਰਖਾ ਲਈਏ ਤਾਂ ਜ਼ਰੂਰ ਇਹ ਗੁਰੂ ਨਾਨਕ ਸਾਹਿਬ ਸਾਡੇ 'ਤੇ ਕਿਰਪਾ ਕਰਨਗੇ ਅਤੇ ਮੇਰੀ ਦੇਹ ਨੂੰ ਰੋਗ ਮੁਕਤ ਕਰ ਲੈਣਗੇ। ਜਦੋਂ ਉਸ ਬੱਚੀ ਨੇ ਬੜੇ ਹੀ ਅਧੀਨਗੀ ਦੇ ਵਿੱਚ ਪਿਆਰ ਅਤੇ ਸਦਕ ਦੇ ਵਿੱਚ ਆਪਣੇ ਮਾਂ ਬਾਪ ਨਾਲ ਸਾਰੀਆਂ ਗੱਲਾਂ ਕੀਤੀਆਂ ਤਾਂ ਉਹਨਾਂ ਦੇ ਮਾਂ ਬਾਪ ਨੇ ਵੀ ਆਪਣੇ ਬੱਚੀ ਦੇ ਲਾਡ ਪਿਆਰ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲੈ ਲਿਆ ਕਿ ਚਲੋ ਠੀਕ ਹੈ, ਸਮਾਜ ਚਾਹੇ ਕੁਛ ਵੀ ਕਹੇ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪਣੀ ਬੱਚੀ ਦੀ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਜ਼ਰੂਰ ਕਰਾਂਗੇ। ਫਿਰ ਉਹ ਪਰਿਵਾਰ ਨਨਕਾਣਾ ਸਾਹਿਬ ਕਮੇਟੀ ਦੇ ਕੋਲ ਗਿਆ, ਉਹਨਾਂ ਨੇ ਆਪਣੇ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਨ ਦੀ ਜੋ ਬੇਨਤੀ ਕੀਤੀ, ਜਿਸ ਤੋਂ ਕਮੇਟੀ ਵਾਲੇ ਅੰਦਰੋਂ ਤਾਂ ਬੜੇ ਪ੍ਰਸੰਨ ਹੋਏ ਪਰ ਬਾਹਰੋਂ ਹੈਰਾਨ ਵੀ ਹੋਏ ਕਿ ਸ਼ਾਇਦ ਇਹ ਪਹਿਲਾ ਅਵਸਰ ਵਾ ਕਿ ਇੱਕ ਮੁਸਲਮਾਨ ਪਰਿਵਾਰ ਦੇ ਘਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਾਂਗੇ। ਪਰ ਉਸ ਕਮੇਟੀ ਵਾਲਿਆਂ ਨੇ ਆਖਿਆ ਕਿ ਰੱਖਣ ਦੀ ਤਾਂ ਕੋਈ ਗੱਲ ਨਹੀਂ, ਅਸੀਂ ਰੱਖ ਦਿੰਦੇ ਹਾਂ, ਕਰ ਦਿੰਦੇ ਹਾਂ, ਪਰ ਤੁਹਾਨੂੰ ਅਗਰ ਕੋਈ ਫਰਕ ਪੈਂਦਾ ਹੈ ਤਾਂ ਫਿਰ ਕੋਈ ਐਸੀ ਗੱਲ ਨਾ ਹੋਵੇ ਕਿ ਤੁਹਾਡੇ ਪਰਿਵਾਰ 'ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਬਣੇ। ਪਰ ਉਸ ਪਰਿਵਾਰ ਨੇ ਆਖਿਆ ਕਿ ਨਹੀਂ, ਇਹ ਜੋ ਸਰਬ ਸਾਂਝੀ ਗੁਰਬਾਣੀ ਹੈ ਇਹ ਸਭ ਦੀ ਸਾਂਝੀ ਹੈ, ਬਾਬਾ ਨਾਨਕ ਸਭ ਦਾ ਸਾਂਝਾ ਹੈ, ਉਹ ਹਿੰਦੂਆਂ ਦਾ ਵੀ ਹੈ, ਮੁਸਲਮਾਨਾਂ ਦਾ ਵੀ ਹੈ, ਕੁੱਲ ਜਗਤ ਗੁਰੂ ਹੈ, ਸਾਨੂੰ ਕੀ ਹੈ। ਕੋਈ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਵੀ ਸੱਜਣ ਇਹਦਾ ਵਿਰੋਧ ਨਹੀਂ ਕਰੇਗਾ ਕਿਉਂਕਿ ਗੁਰਬਾਣੀ ਦਾ ਪਾਠ ਹੈ, ਇਹਦੇ ਵਿੱਚ ਕੋਈ ਰਾਜਨੀਤਿਕ ਚਾਲ ਨਹੀਂ ਹੈ, ਫਿਰ ਨਾਲੇ ਅਸੀਂ ਆਪਣੀ ਬੱਚੀ ਦੀ ਜੋ ਇੱਛਾ ਹੈ ਉਹ ਪੂਰੀ ਕਰਨੀ ਹੈ। ਜਦੋਂ ਉਸ ਮੁਸਲਮਾਨ ਪਰਿਵਾਰ ਨੇ ਕਮੇਟੀ ਸੱਜਣਾਂ ਦੇ ਨਾਲ ਇਹ ਸਾਰੀ ਗੱਲ ਕੀਤੀ ਤਾਂ ਫਿਰ ਕਮੇਟੀ ਸੱਜਣਾਂ ਨੇ ਫੈਸਲਾ ਕਰ ਦਿੱਤਾ ਕਿ ਚਲੋ ਠੀਕ ਹੈ, ਅਗਰ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਚਾਰ ਹੈ ਤਾਂ ਤੁਸੀਂ ਸਾਨੂੰ ਦੱਸ ਦਿਓ ਸਮਾਂ ਅਤੇ ਅਸੀਂ ਪਾਠ ਜਿਹੜਾ ਆਰੰਭ ਕਰ ਦਿੰਦੇ ਹਾਂ। ਤਾਂ ਫਿਰ ਉਹ ਸੱਜਣ ਕਹਿੰਦੇ ਅੱਜ ਸਾਡੇ ਭਾਅ ਦਾ ਤੁਸੀਂ ਅੱਜ ਹੀ ਸ਼ੁਰੂ ਕਰੋ ਕਿ ਅੱਜ ਅਸੀਂ ਜਾ ਕੇ ਘਰ ਦੀ ਸਾਫ਼ ਸਫਾਈਆਂ ਕਰਕੇ ਚੰਗੀ ਤਰ੍ਹਾਂ ਤਿਆਰੀ ਕਰ ਲੈਂਦੇ ਹਾਂ। ਫਿਰ ਇਸੇ ਤਰ੍ਹਾਂ ਹੀ ਉਸ ਮੁਸਲਮਾਨ ਪਰਿਵਾਰ ਨੇ ਘਰ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ, ਉਹਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈਂਦਾ ਗਿਆ ਅਤੇ ਨਾਲ ਸਿੰਘ ਆਏ, ਉਹਨਾਂ ਦੇ ਰਹਿਣ ਅਤੇ ਖਾਣ ਵਾਸਤੇ ਪੂਰੇ ਪ੍ਰਬੰਧ ਕੀਤੇ ਗਏ ਅਤੇ ਉਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਇੱਕ ਕਮਰੇ ਵਿੱਚ ਰੱਖ ਦਿੱਤਾ। ਉਹਨਾਂ ਗ੍ਰੰਥੀ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਨੇ ਜਦੋਂ ਪਤਾ ਲੱਗਾ ਕਿ ਇਹ ਬੱਚੀ ਦੇ ਨਿਮਿੱਤ ਪਾਠ ਜਿਹੜਾ ਹੈਗਾ ਉਹਦੀ ਦੇਹ ਰੋਗਤਾ ਵਾਸਤੇ ਰੱਖਿਆ ਜਾ ਰਿਹਾ ਹੈ, ਤਾਂ ਉਸਨੇ ਉਸ ਮੁਸਲਮਾਨ ਪਰਿਵਾਰ ਨੂੰ ਬੇਨਤੀ ਕੀਤੀ
ਕਿ ਤੁਸੀਂ ਇਸ ਤਰ੍ਹਾਂ ਕਰੋ, ਸਾਡੀ ਇੱਕ ਬੇਨਤੀ ਪ੍ਰਵਾਨ ਕਰੋ ਕਿ ਇਸ ਬੱਚੀ ਨੂੰ ਜੇ ਇਸ ਕਮਰੇ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲ ਰਿਹਾ ਹੈ ਇੱਥੇ ਲਿਆ ਕੇ ਬਿਠਾ ਦਿਓ ਤਾਂ ਜੋ ਇਹ ਬੱਚੀ ਇਹ ਗੁਰਬਾਣੀ ਨੂੰ ਸਰਵਣ ਕਰ ਸਕੇ ਅਤੇ ਇਸ ਤੋਂ ਆਪਣਾ ਲਾਭ ਉਠਾ ਸਕੇ। ਕਹਿੰਦੇ ਇਸ ਤਰ੍ਹਾਂ ਕੀਤੀ ਗਈ, ਜਿਸ ਕਮਰੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਆਂਦਾ ਗਿਆ ਉਸ ਦੇ ਵਿੱਚ ਬੱਚੀ ਨੂੰ ਬੜੇ ਪਿਆਰ ਅਤੇ ਅਦਬ ਦੇ ਨਾਲ ਬਿਠਾ ਦਿੱਤਾ ਗਿਆ ਅਤੇ ਉਸ ਨੂੰ ਆਖਿਆ ਗਿਆ ਕਿ ਬੇਟਾ ਜਦੋਂ ਇਹ ਗੁਰਬਾਣੀ ਪੜ੍ਹਨਗੇ ਤੂੰ ਬਸ ਇਕੱਲੀ ਸੁਣਨੀ ਹੈ ਪ੍ਰੇਮ ਅਤੇ ਸ਼ਰਧਾ ਦੇ ਨਾਲ ਅਤੇ ਤੇਰੀ ਸੁਣਨ ਦੇ ਪ੍ਰਤੀ ਇਸ ਦੀ ਜੋ ਕਿਰਪਾ ਦ੍ਰਿਸ਼ਟੀ ਹੈ ਉਹ ਤੇਰੇ 'ਤੇ ਪਏਗੀ ਅਤੇ ਤੇਰੇ ਮਨ ਦੀ ਮਨੋਕਾਮਨਾ ਪੂਰੀ ਹੋ ਜਾਵੇਗੀ। ਬੱਚੀ ਨੇ ਉਸੇ ਤਰ੍ਹਾਂ ਕੀਤਾ। ਜਦੋਂ ਅਖੰਡ ਪਾਠ ਸਾਹਿਬ ਸ਼ੁਰੂ ਹੋਇਆ ਤਾਂ ਉਸਨੇ ਗੁਰਬਾਣੀ ਜਿਹੜੀ ਹੈ ਉਹ ਆਪਣੇ ਸਰਬਣੀ ਕੰਨਾਂ ਦੇ ਨਾਲ ਸੁਣਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਭਾਵ ਦਿਨ ਰਾਤ ਚੱਲਦਾ ਗਿਆ। ਉਹ ਬੱਚੀ ਕਿਸੇ ਲੈਅ ਦੇ ਵਿੱਚ, ਕਿਸੇ ਉਮੀਦ ਦੇ ਵਿੱਚ, ਕਿਸੇ ਅਦਬ ਦੇ ਵਿੱਚ, ਕਿਸੇ ਸ਼ਰਧਾ ਭਾਵਨਾ ਦੇ ਵਿੱਚ ਬੈਠੀ ਇਹ ਸਾਰੀ ਬਾਣੀ ਸਰਵਣ ਕਰਦੀ ਰਹੀ। ਚਾਹੇ ਉਸ ਨੂੰ ਗੁਰਬਾਣੀ ਦੇ ਕੀਤੇ ਪਾਠ ਦੀ ਕੋਈ ਸਮਝ ਆਈ ਜਾਂ ਨਾ ਆਈ, ਪਰ ਉਹ ਬੱਚੀ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਵਿੱਚ ਇਹ ਗੁਰਬਾਣੀ ਸਰਵਣ ਕਰਦੀ ਰਹੀ। ਗੁਰਬਾਣੀ ਸਰਵਣ ਕਰਦਿਆਂ ਕਰਦਿਆਂ ਜਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਖਰੀ ਦਿਨ ਆਇਆ, ਜਿਸ ਦਿਨ ਭੋਗ ਪੈਣਾ ਸੀ, ਅਤੇ ਉਸ ਦਿਨ ਉਹ ਬੱਚੀ ਬੈਠੀ ਸੀ ਅਤੇ ਇਹ ਸਾਰਾ ਚਮਤਕਾਰ ਦੇਖਣ ਲਈ ਬਹੁਤ ਸਾਰੇ ਉਸ ਮੁਸਲਮਾਨ ਪਰਿਵਾਰ ਦੇ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਵੀ ਉਸ ਘਰ ਦੇ ਵਿੱਚ ਪਹੁੰਚੇ ਹੋਏ ਸਨ। ਜਦੋਂ ਪਾਠ ਕਰਦਿਆਂ ਕਰਦਿਆਂ ਸਲੋਕ ਮਹੱਲਾ ਨੌਵੇਂ ਦੇ ਅਖੀਰ ਸਲੋਕ ਸ਼ੁਰੂ ਹੋਣ ਲੱਗੇ ਤਾਂ ਸਲੋਕ ਪੜ੍ਹਦਿਆਂ ਪੜ੍ਹਦਿਆਂ ਜਦੋਂ ਅੱਧੇ ਸਲੋਕ ਪੜ੍ਹੇ ਗਏ ਤਾਂ ਕੁਦਰਤੀ ਤੌਰ 'ਤੇ ਉਸ ਬੱਚੀ ਦੇ ਮਨ ਵਿੱਚ ਫੁਰਨਾ ਜਾਗਿਆ ਕਿ ਸਾਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰ ਦਿੱਤਾ ਗਿਆ ਹੈ, ਪੜ੍ਹਿਆ ਗਿਆ ਹੈ, ਪਰ ਮੇਰੇ ਅੰਦਰ ਤਾਂ ਕੋਈ ਇਸ ਤਰ੍ਹਾਂ ਦੀ ਤਬਦੀਲੀ ਨਹੀਂ ਆਈ। ਮੇਰੇ ਅੰਦਰ ਰੋਗ ਤਾਂ ਜਿਉਂ ਦਾ ਤਿਉਂ ਹੀ ਕਾਇਮ ਹੈ, ਮੈਂ ਤਾਂ ਉਸੇ ਤਰ੍ਹਾਂ ਹੀ ਬੈਠੀ ਹਾਂ। ਇੰਨੀ ਬਾਣੀ ਪੜ੍ਹੀ ਗਈ ਜਦਕਿ ਗੁਰਬਾਣੀ ਕਹਿੰਦੀ ਹੈ ਕਿ ਜਿਸ ਨੇ ਵੀ ਗੁਰਬਾਣੀ ਸੁਣੀ ਹੈ, ਸੁਣਨ ਦਾ ਹੀ ਐਡਾ ਮਹੱਤਵ ਹੈ ਜਿਵੇਂ ਮਹਾਂਪੁਰਖ ਦੱਸਦੇ ਹਨ, ਪਰ ਇੱਥੇ ਤਾਂ ਸਾਰਾ ਹੀ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਿਆ ਗਿਆ ਹੈ। ਹੁਣ ਆਖਰੀ ਇੱਕ ਦੋ ਜੋ ਅੰਗ ਹਨ ਉਹ ਹੀ ਰਹਿ ਗਏ ਹਨ, ਤਾਂ ਮੇਰਾ ਰੋਗ ਜਿਉਂ ਦਾ ਤਿਉਂ ਹੀ ਕਾਇਮ ਹੈ। ਜਦੋਂ ਮੱਚੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਵਿਚਾਰ ਅੰਦਰੋਂ ਫੁਰੀ ਤਾਂ ਉੱਧਰ ਗ੍ਰੰਥੀ ਸਿੰਘ ਬੜੇ ਹੀ ਲੈਅ ਦੇ ਵਿੱਚ ਸਲੋਕ ਮਹੱਲੇ ਨੌਵੇਂ ਦੇ ਸਲੋਕ ਪੜ੍ਹ ਰਹੇ ਸਨ, ਤਾਂ ਇੱਧਰੋਂ ਕਾਰਨ ਐਸਾ ਬਣਿਆ ਕਿ ਉਸ ਬੱਚੀ ਦੇ ਅੰਦਰ ਸਰੀਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਰਕਤ ਪੈਦਾ ਹੋਈ ਕਿ ਉਹਨੂੰ ਉਲਟੀ ਆਉਣ ਨੂੰ ਉਹਦਾ ਜਿਹੜਾ ਸੀਗਾ ਅੰਦਰੋਂ ਪੱਟ ਹੋਣਾ ਸ਼ੁਰੂ ਹੋ ਗਿਆ। ਜਦੋਂ ਬੱਚੀ ਦਾ ਉਲਟੀ ਦੇ ਨਾਲ ਅੰਦਰੋਂ ਜ਼ੋਰ ਦੇ ਨਾਲ ਪੱਟ ਹੋਣਾ ਸ਼ੁਰੂ ਕੀਤਾ ਤਾਂ ਉਹ ਖੰਘਣ ਲੱਗੀ, ਤਾਂ ਘਰਦਿਆਂ ਨੂੰ ਫਿਕਰ ਪੈ ਗਿਆ ਕਿ ਬੱਚੀ 3 ਦਿਨ ਤੋਂ ਇੱਥੇ ਬੈਠੀ ਹੈ, ਇਸ ਦੀ ਹਾਲਤ ਤਾਂ ਡਾਕਟਰਾਂ ਨੇ ਪਹਿਲਾਂ ਜਵਾਬ ਦੇ ਦਿੱਤੀ ਹੈ, ਪਰ ਹੁਣ ਪਤਾ ਨਹੀਂ ਇਹ ਕਿਤੇ ਕੋਈ ਐਸੀ ਖੇਡ ਨਾ ਵਾਪਰ ਜਾਵੇ। ਉਸ ਨੇ ਬੱਚੀ ਨੂੰ ਪੁੱਛਿਆ ਕਿ ਕੀ ਗੱਲ ਹੈ ਬੇਟਾ, ਤਾਂ ਬੱਚੀ ਕਹਿਣ ਲੱਗੀ ਕਿ ਮੇਰਾ ਜਿਹੜਾ ਅੰਦਰ ਛਾਤੀ ਹੈ ਉਹਦੇ ਵਿੱਚੋਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕੋਈ ਉਲਟੀ ਆਉਣ ਵਾਲੀ ਹੈ। ਅਤੇ ਜਦੋਂ ਉਸ ਬੱਚੀ ਨੇ ਨਾਲ ਦੇ ਸਿੰਘਾਂ ਨੂੰ ਆਖਿਆ ਤਾਂ ਉਹ ਕਹਿਣ ਲੱਗੇ ਕਿ ਹੁਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪੈਣ ਵਾਲਾ ਹੈ, ਤੁਸੀਂ ਉੱਠ ਕੇ ਬਾਹਰ ਨਾ ਜਾਇਓ, ਇੱਕ ਬਾਲਟੀ ਲੈ ਕੇ ਆਇਓ ਅਤੇ ਇਸ ਬੱਚੀ ਨੂੰ ਇੱਥੇ ਹੀ ਬੈਠੀ ਬਾਲਟੀ ਦੇ ਵਿੱਚ ਉਲਟੀ ਕਰਾ ਦਿਓ, ਤਾਂ ਜੋ ਇਹਦਾ ਨੇਮ ਜਿਹੜਾ ਹੈਗਾ ਇਹ ਗੁਰਬਾਣੀ ਨਾਲ ਜੁੜਦਿਆਂ ਜੁੜਦਿਆਂ ਅਖੀਰ ਭੋਗ ਤੱਕ ਪਹੁੰਚ ਜਾਵੇ। ਕਿਉਂਕਿ ਉਹ ਬੱਚੀ ਲਗਾਤਾਰ 3 ਦਿਨ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਵਣ ਕਰ ਰਹੀ ਸੀ। ਜਦੋਂ ਇਸੇ ਤਰ੍ਹਾਂ ਕੀਤਾ ਗਿਆ, ਇੱਕ ਬਾਲਟੀ ਲਿਆਂਦੀ ਗਈ ਖਾਲੀ ਤਾਂ ਬੱਚੀ ਦੇ ਅੱਗੇ ਰੱਖ ਦਿੱਤੀ ਗਈ, ਪਰ ਉਹ ਬੱਚੀ ਦਾ ਜਦੋਂ ਗੁਰਬਾਣੀ ਦੇ ਨੌਵੇਂ ਮਹੱਲੇ ਦੇ ਸਲੋਕ ਪੜ੍ਹਦਿਆਂ ਅਖੀਰ ਦੇ ਵਿੱਚ ਬਹੁਤ ਜ਼ੋਰ ਦੀ ਉਲਟੀ ਆਈ, ਤਾਂ ਉਸ ਬੱਚੀ ਨੇ ਉਹ ਉਲਟੀ ਜਿਹੜੀ ਸੀ ਬੜੇ ਹੀ ਜ਼ੋਰ ਦੇ ਨਾਲ ਇੱਕ ਹੱਥੂ ਦੇ ਰੂਪ ਦੇ ਵਿੱਚ ਉਸ ਬਾਲਟੀ ਖਾਲੀ ਦੇ ਵਿੱਚ ਕੀਤੀ, ਅਤੇ ਜਦ ਕਿ ਦੇਖਿਆ ਕਿ ਉਸ ਉਲਟੀ ਦੇ ਨਾਲ ਇੱਕ ਵਾਲਾਂ ਦਾ ਬਹੁਤ ਹੀ ਭਾਰਾ ਗੁੱਛਾ ਜੋ ਉਹਦੇ ਅੰਦਰੋਂ ਨਿਕਲਿਆ ਸਭ ਦੇਖ ਕੇ ਦੰਗ ਰਹਿ ਗਏ। ਉਹ ਵਾਲਾਂ ਦਾ ਜੋ ਗੁੱਛਾ ਸੀ ਜੋ ਉਹਦੇ ਅੰਦਰੋਂ ਨਿਕਲਿਆ ਉਲਟੀ ਰਾਹੀਂ ਬਾਹਰ, ਉਹ ਬਾਲਟੀ ਦੇ ਵਿੱਚ ਡਿੱਗ ਪਿਆ। ਪਰ ਉਸ ਵਾਲਾਂ ਦੇ ਗੁੱਛੇ ਤੋਂ ਬਾਅਦ ਉਸ ਬੱਚੀ ਨੇ ਆਪਣੇ ਆਪ ਨੂੰ ਬਹੁਤ ਹੀ ਹਲਕਾ ਫੁਲਕਾ ਮਹਿਸੂਸ ਕੀਤਾ, ਔਰ ਇਸ ਤਰ੍ਹਾਂ ਉਸਨੂੰ ਪ੍ਰਤੀਤ ਹੋਇਆ ਕਿ ਜਿਵੇਂ ਉਸਨੂੰ ਕੋਈ ਬਿਮਾਰੀ ਨਹੀਂ ਹੈ, ਕੋਈ ਕੁਛ ਨਹੀਂ ਹੈ, ਇਹ ਸਾਰਾ ਹੀ ਕੌਤਕ ਜੋ ਚਮਤਕਾਰ ਸੀ ਉਹ ਸਭ ਨੇ ਦੇਖਿਆ।
ਭੋਗ ਪੈਣ ਤੋਂ ਉਪਰੰਤ ਜੋ ਅਰਦਾਸ ਕੀਤੀ ਗਈ ਉਹਦੇ ਵਿੱਚ ਬੱਚੀ ਵੀ ਜਿਹੜੀ ਸੀ ਬੜੇ ਪਿਆਰ ਅਤੇ ਅਦਬ ਦੇ ਨਾਲ ਜੁੜ ਗਈ। ਜੁੜਨ ਤੋਂ ਬਾਅਦ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰਾ ਭੋਗ ਪੈ ਗਿਆ ਤਾਂ ਉਸ ਬੱਚੀ ਨੂੰ ਪੁੱਛਿਆ ਗਿਆ, ਡਾਕਟਰ ਲਿਆਂਦੇ ਗਏ ਕਿ ਬੇਟਾ ਦੱਸੋ ਤੁਹਾਡੀ ਸਿਹਤ ਨੂੰ ਕੀ ਹੋਇਆ। ਪਰ ਉਹ ਬਾਲਣ ਦਾ ਗੁੱਸਾ ਜੋ ਬਾਲਟੀ ਵਿੱਚ ਡਿੱਗਿਆ ਸੀ, ਸਾਰੀ ਸੰਗਤ ਉਸ ਨੂੰ ਬੜੇ ਹੀ ਹੈਰਾਨੀ ਦੇ ਨਾਲ ਦੇਖ ਰਹੀ ਸੀ, ਕਿਉਂਕਿ ਜੋ ਉਹਦੀ ਛਾਤੀ ਵਿੱਚੋਂ ਐਡਾ ਭਾਰਾ ਬਾਲਾਂ ਦਾ ਗੁੱਸਾ ਨਿਕਲਿਆ ਸੀ, ਨਾ ਤਾਂ ਕਿਸੇ ਐਕਸਰੇ ਵਿੱਚ ਆਇਆ ਸੀ, ਨਾ ਕਿਸੇ ਹੋਰ ਕਾਹੇ ਵਿੱਚ ਆਇਆ ਸੀਗਾ। ਕਿਵੇਂ ਇਹ ਬਿਮਾਰੀ ਜਿਹੜੀ ਹੈ ਉਹਦੇ ਅੰਦਰੋਂ, ਜਿਨ੍ਹਾਂ ਨੇ ਡਾਕਟਰਾਂ ਨੂੰ ਜਵਾਬ ਦੇ ਦਿੱਤਾ ਸੀ, ਇੱਕ ਵਾਲਾਂ ਦੇ ਗੁੱਸੇ ਦੇ ਰੂਪ ਵਿੱਚ ਨਿਕਲ ਕੇ ਸਾਰੀ ਹੀ ਬਾਹਰ ਚਲੇ ਗਈ। ਸੋ ਇਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸੁਣਨ ਦਾ ਮਹੱਤਵ। ਭਾਵ ਕੀ ਆ, ਇੱਕ ਮੁਸਲਮਾਨ ਪਰਿਵਾਰ ਦੀ ਬੱਚੀ ਜਿਹੜੀ ਹੈ, ਜਿਹੜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਸ਼ਰਧਾ ਰੱਖਦੀ ਹੈ, ਇੰਨਾ ਬਲੀਵ ਰੱਖਦੀ ਹੈ, ਇੰਨਾ ਅਦਬ ਅਤੇ ਸਤਿਕਾਰ ਰੱਖਦੀ ਹੈ, ਉਸ ਦੇ ਉੱਤੇ ਕਿਵੇਂ ਗੁਰਬਾਣੀ ਨੇ ਕਿਰਪਾ ਕਰਕੇ ਉਸ ਦੇ ਦੇਹ ਜਦ ਜੋ ਰੋਗ ਸੀਗਾ ਉਸ ਨੂੰ ਸਦਾ ਲਈ ਮੁਕਤ ਕਰ ਦਿੱਤਾ ਸੀ। ਜਦ ਡਾਕਟਰਾਂ ਦੀ ਟੀਮ ਘਰ ਦੇ ਵਿੱਚ ਲਿਆਂਦੀ ਗਈ, ਉਹਨਾਂ ਨੇ ਬੱਚੀ ਨੂੰ ਦੁਬਾਰਾ ਚੈੱਕਅਪ ਕੀਤਾ, ਕਰਨ ਤੋਂ ਬਾਅਦ ਉਹਨਾਂ ਨੇ ਹੈਰਾਨ ਹੋ ਗਏ ਕਿ ਇਹ ਸਾਰਾ ਕਿਵੇਂ ਹੋ ਗਿਆ ਹੈ, ਇਹ ਬੱਚੀ ਤਾਂ ਇਲਾਜ ਸੀਗੀ, ਇਹਦੇ ਵਿੱਚੋਂ ਇਹ ਵਾਲਾਂ ਦਾ ਗੁੱਸਾ ਕਿਵੇਂ ਨਿਕਲ ਗਿਆ ਹੈ। ਇੱਕ ਜਾਰੀ ਕੌਤਕ ਜੋ ਨਨਕਾਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਪਰਿਵਾਰ ਦੇ ਵਿੱਚ ਵਾਪਰੀ, ਤਾਂ ਉਹ ਸਾਰਾ ਹੀ ਪਰਿਵਾਰ ਅਤੇ ਬਾਕੀ ਮੁਸਲਮਾਨ ਜੋ ਵੀ ਉਹਨਾਂ ਦੇ ਅੰਗ ਸੰਗ ਅਤੇ ਭਾਈ ਸੰਬੰਧੀ ਸਨ, ਸਾਰੇ ਹੀ ਦੇਖ ਕੇ ਦੰਗ ਰਹਿ ਗਏ। ਉਹਨਾਂ ਨੇ ਉਸੇ ਹੀ ਵੇਲੇ ਇਹ ਸਾਰਾ ਖੇਡ ਚਮਤਕਾਰ ਦੇਖਿਆ ਅਤੇ ਫਿਰ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ। ਉਸ ਤੋਂ ਬਾਅਦ ਉਸ ਪਰਿਵਾਰ ਦਾ ਸਿਦਕ, ਸ਼ਰਧਾ, ਅਦਬ ਅਤੇ ਸਤਿਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਵਧਿਆ ਕਿ ਉਹ ਪਰਿਵਾਰ ਫਿਰ ਸਮਾਂ ਪਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅੰਮ੍ਰਿਤਸਰ ਪਹੁੰਚਿਆ। ਇੱਥੇ ਆ ਕੇ ਉਹਨਾਂ ਨੇ ਇਹ ਸਾਰੀ ਜੋ ਗੱਲਬਾਤ ਸੀ ਇੱਥੇ ਆਪਣੇ ਨਾਲ ਦੇ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਵੀ ਜੋ ਪਾਠ ਸਰਵਣ ਕੀਤਾ ਅਤੇ ਜੋ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਸਨ ਇਹਨਾਂ ਦੇ ਉੱਤੇ ਆਪਣੇ ਵਸਤਰ ਚੜ੍ਹਾ ਕੇ ਆਪਣੇ ਆਪ ਨੂੰ ਬਹੁਤ ਹੀ ਖੁਸ਼ੀ ਅਤੇ ਪ੍ਰਸੰਨਤਾ ਪੂਰਵਕ ਤੱਕਿਆ। ਇਹ ਹੈ ਗੁਰੂ ਨਾਨਕ ਦੇ ਘਰ ਦੀ ਕਰਾਮਾਤ, ਜਾਰੀ ਕਰਾਮਾਤ, ਜੋ ਸ਼ਰਧਾ ਦੇ ਰੂਪ ਵਿੱਚ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਅਗਰ ਉਹ ਸ਼ੰਕੇ ਤੋਂ ਰਹਿਤ, ਬਿਨਾਂ ਕਿਸੇ ਗੱਲ ਤੋਂ ਰਹਿਤ, ਗੁਰਬਾਣੀ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਤੋਂ ਰਹਿਤ, ਉਹਦੇ ਉੱਤੇ ਆਪਣੀ ਸ਼ਰਧਾ ਬਣਾ ਰੱਖੇ, ਧੰਨੇ ਜੀ ਵਾਂਗੂ, ਨਾਮਦੇਵ ਜੀ ਵਾਂਗੂ, ਜਾਂ ਹੋਰ ਵੀ ਜੋ ਅਨੁਭੋਲ ਪ੍ਰਾਣੀ ਹਨ ਉਹਨਾਂ ਦੇ ਵਾਂਗੂ ਸ਼ਰਧਾ ਬਣਾ ਰੱਖੇ, ਅਤੇ ਵਾਹਿਗੁਰੂ ਤਾਂ ਅੰਦਰ ਹੀ ਵੱਸਦਾ ਹੈ। ਉਹ ਸ਼ਰਧਾ ਤਾਂ ਇੰਨਾ ਟੁੱਟਦਾ ਹੈ ਕਿ ਜੋ ਕੰਮ ਦੁਨੀਆ ਵਾਸਤੇ ਅਸੰਭਵ ਹੁੰਦੇ ਹਨ ਉਸ ਨੂੰ ਇੱਕ ਛਿਣ ਦੇ ਵਿੱਚ ਹੀ ਸੰਭਵ ਕਰਕੇ ਸਭ ਦੇ ਅੱਗੇ ਪ੍ਰਗਟ ਕਰ ਦਿੰਦਾ ਹੈ, ਜਿਵੇਂ ਇਸ ਮੁਸਲਮਾਨ ਪਰਿਵਾਰ ਦੇ ਨਾਲ ਹੋਇਆ। ਇਹ ਮੁਸਲਮਾਨ ਪਰਿਵਾਰ ਇੰਨਾ ਪ੍ਰਭਾਵਿਤ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ ਕੌਤਕ ਤੋਂ ਕਿ ਉਹਨਾਂ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਵੀ ਪਾਨ ਕੀਤਾ ਅਤੇ ਅੰਮ੍ਰਿਤ ਪਾਨ ਕਰਕੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹਾਉਣ ਦੇ ਵਿੱਚ ਸਭ ਤੋਂ ਵੱਧ ਫਖਰ ਮਹਿਸੂਸ ਕੀਤਾ। ਇਹ ਹੈ ਜਾਰੀ ਕਲਾਮਾਤ ਗੁਰੂ ਘਰ ਦੀ, ਗੁਰੂ ਪਰਿਵਾਰ ਦੀ, ਜਿੱਥੇ ਕੋਈ ਵੀ ਆ ਕੇ ਆਪਣਾ ਜੋ ਮਨ ਦੀ ਇੱਛਾ ਹੈਗੀ ਆ ਉਹਦੇ ਅਨੁਸਾਰ ਫੜ ਲੈ ਸਕਦਾ ਹੈ। ਪਰ ਗੱਲ ਇਹ ਹੈ ਕਿ ਅਗਰ ਉਹਦੇ ਵਿੱਚ ਸ਼ਰਧਾ ਹੈ, ਉਹਦੇ ਵਿੱਚ ਪਿਆਰ ਹੈ, ਉਹਦੇ ਵਿੱਚ ਪ੍ਰੇਮ ਹੈ, ਪਰ ਉਹਦੇ ਵਿੱਚ ਕੋਈ ਸੋਚ ਨਹੀਂ ਹੈ, ਕੋਈ ਐਸੀ ਸੋਚ ਨਹੀਂ ਹੈ ਕਿ ਗੁਰੂ ਮੇਰਾ ਜਿਹੜਾ ਹੈ ਇਸ ਤਰ੍ਹਾਂ ਕਰ ਨਹੀਂ ਸਕਦਾ, ਇਸ ਤਰ੍ਹਾਂ ਹੋ ਨਹੀਂ ਸਕਦਾ, ਇਸ ਤਰ੍ਹਾਂ ਜੇ ਨਹੀਂ ਹੋ ਸਕਦਾ, ਅਗਰ ਬਸ ਅੱਖਾਂ ਮੀਟ ਕੇ ਬਿਲਕੁਲ ਅੱਖਾਂ ਦੇ ਨਾਲ ਬੰਦ ਕਰਕੇ, ਭਾਵ ਕਿ ਉਹ ਬਾਹਰਲੀਆਂ ਬਿਰਤੀਆਂ ਨੂੰ ਸੰਕੋਚ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਤਾਂ ਗੁਰੂ ਸਾਹਿਬ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਭ ਦੀ ਮਨੋਕਾਮਨਾ ਜਿਹੜੀ ਹੈ ਉਹ ਇੱਕ ਛਿਣ ਦੇ ਵਿੱਚ ਹੀ ਦੂਰ ਕਰ ਦਿੰਦੇ ਹਨ, ਜਿਵੇਂ ਇਸ ਮੁਸਲਮਾਨ ਪਰਿਵਾਰ ਦੀ ਕੀਤੀ। ਸੋ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸ਼ਰਧਾ ਬਣਾ ਕੇ ਰੱਖਣ ਦੀ, ਕੇਵਲ ਅਤੇ ਕੇਵਲ ਸ਼ਰਧਾ ਸੱਤ ਬਚਨ ਦੇ ਨਾਲ ਬਣਦੀ ਹੈ। ਜਦੋਂ ਅਸੀਂ ਸੱਤ ਬਚਨ ਦੇ ਧਾਰਨੀ ਹੋ ਜਾਵਾਂਗੇ ਤਾਂ ਫਿਰ ਕੋਈ ਐਸੀ ਵੀ ਖੇਡ ਨਹੀਂ ਹੈ ਕਿ ਜਿਹੜੀ ਸਾਨੂੰ ਗੁਰੂ ਘਰ ਦੀ ਮਿਹਰ ਤੋਂ ਵਾਂਝੀ ਕਰ ਸਕੇ। ਉਹ ਗੁਰੂ ਘਰ ਦੀ ਮਿਹਰ ਜੋ ਹੈ ਉਹ ਸਾਡੇ ਉੱਤੇ ਬਹੁਤ ਹੀ ਭਾਰੀ ਅਤੇ ਬੜੀ ਹੀ ਜੋ ਆਨੰਦਮਈ ਹੈ ਸਾਡੇ ਸਭ ਦੇ ਹਿਰਦੇ ਦੇ ਵਿੱਚ ਘਰ ਕਰ ਜਾਵੇਗੀ, ਅਤੇ ਅਸੀਂ ਵੀ ਗੁਰੂ ਘਰ ਦੀਆਂ ਖੁਸ਼ੀਆਂ ਲੈ ਕੇ ਜਿਹੜੇ ਹੈ
ਗੁਰੂ ਘਰ ਦੇ ਸੇਵਕ ਦੇ ਤੌਰ 'ਤੇ ਲੱਖ ਖੁਸ਼ੀਆਂ ਲੱਖ ਪਾਤਸ਼ਾਹੀਆਂ ਨੂੰ ਮਾਣ ਸਕਦੇ ਹਾਂ ਅਤੇ ਸਾਡੇ ਅੰਦਰ ਵੀ ਗੁਰੂ ਘਰ ਦੇ ਵਿੱਚ ਅਟੁੱਟ ਅਤੇ ਅਥਾਹ ਵਿਸ਼ਵਾਸ ਪੈਦਾ ਹੋ ਜਾਊਗਾ। ਬਸ ਇਹੋ ਹੀ ਗੁਰੂ ਘਰ ਦੀ ਜ਼ਾਹਰੀ ਕਰਾਮਾਤ ਹੈ ਜੋ ਘਰ ਘਰ ਦੇ ਵਿੱਚ ਵਰਤ ਸਕਦੀ ਹੈ। ਬਸ ਅੱਜ ਜ਼ਰੂਰਤ ਹੈ ਕੇਵਲ ਅਤੇ ਕੇਵਲ ਸ਼ਰਧਾ ਅਤੇ ਵਿਸ਼ਵਾਸ ਰੱਖਣ ਦੀ, ਕਿਉਂ ਜਦੋਂ ਵੀ ਫਲ ਲੱਗਦਾ ਹੈ ਇਹ ਸ਼ਰਧਾ ਨੂੰ ਹੀ ਲੱਗਦਾ ਹੈ। ਸ਼ਰਧਾ ਦੇ ਵਿੱਚ ਸੋਚ ਨਹੀਂ ਹੁੰਦੀ, ਕੋਈ ਸ਼ੰਕਾ ਨਹੀਂ ਹੁੰਦਾ, ਕੋਈ ਗੁਰੂ ਪ੍ਰਤੀ ਕੋਈ ਸਵਾਲ ਨਹੀਂ ਹੁੰਦਾ, ਕੇਵਲ ਅਤੇ ਕੇਵਲ ਆਪਣਾ ਆਪ ਸਮਰਪਣ ਹੁੰਦਾ ਹੈ। ਜਦੋਂ ਅਸੀਂ ਆਪਣਾ ਆਪ ਸਮਰਪਣ ਕਰ ਦੇਵਾਂਗੇ ਤਾਂ ਫਿਰ ਗੁਰੂ ਸਾਡੇ ਉੱਤੇ ਕਿਰਪਾ ਕਰ ਦਿੰਦਾ ਹੈ ਅਤੇ ਸਾਨੂੰ ਉਹ ਐਸੀ ਜਿਹੜੀ ਖੁਸ਼ੀ ਜੋ ਅਸੀਂ ਕਦੀ ਸੋਚੀ ਵੀ ਨਹੀਂ ਹੈ ਉਹ ਵੀ ਸਾਡੇ ਕਦਮਾਂ ਦੇ ਵਿੱਚ ਢੇਰੀ ਕਰ ਦਿੰਦਾ ਹੈ। ਸੋ ਇੰਨੇ ਵਚਨਾਂ ਦੇ ਨਾਲ ਦਸ ਖੇਮਾਂ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖੇਮਾ ਬਖਸ਼ਣੀ ਜੀ। ਸੋ ਆਪਣੀ ਕਿਰਪਾ ਸਾਰੀ ਸੰਗਤ ਬਣਾ ਰੱਖਣੀ, ਇਸੇ ਤਰ੍ਹਾਂ ਦਾਸ ਨੂੰ ਜੋ ਆਪਦਾ ਪਿਆਰ ਮਿਲਦਾ ਹੈ ਕਿਸੇ ਵੀ ਅਰਥਾਂ ਦੇ ਵਿੱਚ ਵਚਨਾਂ ਦੇ ਵਿੱਚ ਆਪ ਦੇ ਪਿਆਰ ਦਾ ਮੁੱਲ ਰੱਤੀ ਵੀ ਦਾਸ ਨਹੀਂ ਦੇ ਸਕਦਾ। ਬਸ ਆਪਣੀ ਕਿਰਪਾ ਬਣਾ ਰੱਖਣੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।